अब आपके सामने बहनों को शायद जनाब जाकिर अहले बैत रिज़वान अब्बास के आमद राउंड के मेंबर ऑफ लोगों में और इख्तिताम मजलिस पे शबीह तहूर सरकार हजरत मौला सज्जाद अलैहिस्सलाम है उसकी ज़ियारत होगी और जुलूस जो है वो अपने रवायती रास्तों से गुजरते हुए इमाम बागदार मौला रैश का मिर्जा रियाज अली में इख्तिताम पजीर होगा। नारा तकबीर, नारा तकबीर, नारा रिसालत, नारा सुनिश्चित बात नबी दिया तो उचित सलवार करो।
साथ में विचार करना चाहिए। जुमला मेरा बुजुर्ग प्रधान पैर बुढ़े हैं अभिप्राय पूछिया आके सजा
ਜਿਹੜੇ ਸਾਡੇ ਜਿਹੜੇ ਭੇੜੇ ਦੇ ਖਿਲਾਫ ਵਿੱਚ ਪਹਿਚਾਣੀ ਖਾ ਕੇ ਕਰਕੇ ਲਾਤੇ ਭੇੜ ਆਵਾਜ਼ ਹੱਥ ਪਾ ਕੇ ਆਈਏ ਰੈਰਤ ਸੁਲਤਾਨ ਅੱਖ ਬਾਣ ਅਕਬਰ ਦਾ ਕਾਤਲ ਮੇਰਾ ਦਾਗ ਲੁੱਟ ਕੇ ਰਹਿ ਜਿਗਰ ਫਿਸ ਗਏ ਸ਼ਾਮੇ ਅਲੀ ਨਾਲ ਪਹਿਲਾ ਅਲੀ ਕਾ ਫੋਨ ਨਾਲ ਜੁੜੇ ਬਸ ਜਿਵੇਂ ਜਿਵੇਂ ਸੈਕੜੋ ਮਾਤਮੀਓ ਮੰਜ਼ਿਲਾਂ ਵੱਧਦੀਆਂ ਗਈਆਂ ਸੱਜਾ ਦੇ ਰੱਬ ਅੱਖਰ ਵੱਧਦੀ ਮਜਲਸ ਇਮਾਮ ਹੁਸੈਨ ਜੀ ਸੁਣ ਕੇ ਮਸਾਇਬ ਸੁਣ ਕੇ ਤੁਹਾਨੂੰ ਦੁੱਖ ਲੱਗੇ ਤਾਂ ਤੁਸੀਂ ਰੋਂਦੇ ਸਾਰੇ ਲੇਕਿਨ ਤੁਸੀਂ ਰੋਂਦੇ ਪਾਣੀ ਸੱਜਾ ਹੋਰ ਰੋਂਦੇ ਤਕਲੀਫ ਹੋਵੇ ਤਾਂ ਬੰਦਾ ਪਾਣੀ ਰੋਵੇ ਖੂਨ ਬੰਦੇ ਨੂੰ ਪੈ ਅੱਲਾ ਦਾ ਮੂੰਹ ਤਾਂ ਦੁੱਖ ਕਰੇ ਵੇ ਕਹਿੰਦਾ ਨੇ ਹਾ ਕੇ ਜਿਹੜਾ ਸੱਜਾ ਰਤਨ ਤੇ ਮਿਲਿਆ ਕਿ ਲੋਕ ਆ ਕੇ ਇਮਾਮ ਕੋਲ ਪੁੱਛੇ ਨਾ ਮੌਲਾ ਬੇਮੌਸਮੀ ਜਈ ਕਿ ਆਖੇ ਨਾ ਫੇਰ ਦੇ ਸਰਾ ਲੱਗ ਰਹੀ ਕਰ ਛੋੜੇ ਕਿ ਮੌਲਾ ਕੋਲ ਫਰਮਾਇਆ ਬੈਠ ਸ਼ੁਰੂ ਕੀ ਤੂੰ ਕੀਤੇ ਰੋਣ ਆਖਿਆ ਸ਼ਾਮੇ ਗਰੀਬਾਂ ਢੇਰ ਕੀਤਾ ਉਹਨੇ ਵੱਧ ਵੱਧ ਇਮਾਮ ਸ਼ਾਮ ਦਾ ਨਾਂ ਮਤਲਬ ਕਿਹੜਾ ਸ਼ਾਮ ਦਾ ਦੁੱਖ ਹੈ ਜਿਹੜਾ ਤੈਨੂੰ ਹੋਰ ਰਹਿੰਦੇ ਮਾਮਾ ਕਦੋਂ ਤਾਂ ਹੁਣ ਰੋਂਦਾ ਬੈਠਾ ਮੈਂ ਕਬਰ ਚ ਰੋਸਾਂ ਮੈਂ ਮਰ ਸਕਦੇ ਸੀ ਰੋਸਾਂ ਅਬਦੁਲ ਭਾਈ ਕਿਤਨੇ ਅਦਾ ਦਾਨ ਹੈ ਕਿ ਕੇ ਜਾਖੇ ਜਸ ਪਹਿਲੇ ਜਿਹੜਾ ਮੁਹੰਮਦ ਦੀ ਕਬਰ ਤੇ ਆਤੇ ਇੱਕ ਰਾਹੀ ਪੁੱਛਿਆ ਮੌਲਾ ਸ਼ਾਮ ਵਸੇ ਛੋੜੇ ਆਉਂਗੀ ਲੇਕਿਨ ਖੂਨ ਕਿਵੇਂ ਸ਼ਾਮ ਫੇਰ ਦੁਆ ਇਮਾਮ ਫਰਮਾਇਆ ਸ਼ਾਮ ਬਾਤ ਉਹ ਸਾਹ ਤ੍ਰੈ ਦਿਹਾੜੇ ਇੰਤਜ਼ਾਰ ਵਾਲੇ ਦਰਵਾਜ਼ੇ ਤੇ ਲੋਕ ਉਂਗਲੀਆਂ ਕਰਕੇ ਆ ਗਏ ਜਿਹਦੇ ਚ ਜ਼ੈਨਬ ਤੇ ਇਹਨਾਂ ਚ ਕੁਲਸ਼ੂਮ ਇਹਨਾਂ ਚ ਅੱਬਾਸ ਦੀ ਭੇੜ ਖੜੀ ਸਜਾਦ ਮੈਂ ਇਸ ਮੋੜ ਤੇ ਖਲੋ ਕੇ ਮੌਤ ਦੀ ਦੁਆ ਮੰਗੀ ਹਾਲਾਂਕਿ ਮੌਤ ਮੰਗਣਾ ਸ਼ਰਮ ਕਰਨਾ ਮਦੀਨੇ ਦੇ ਲੋਕ ਕਰਕੇ ਆਮਣੀ ਮੈਂ ਭੁੱਲ ਜਾਇਆ ਮੈਂ ਲੋਕ ਨਾ ਵੇਖਿਆ ਔਰ ਜਦੋਂ ਬਾਜ਼ਾਰ ਸ਼ਾਮ ਵਿੱਚ ਮਾਮਾ ਨੇ ਮੈਂ ਕਦਮ ਰੱਖਿਆ ਤੇ ਭੀੜ ਜ਼ਿਆਦਾ ਆਈ ਅਗੂ ਰਾਹ ਲਈ ਲੱਗਦਾ ਪਿੱਛੇ ਲੋਕ ਧੱਕੇ ਦੇ ਰਹੇ ਮੈਂ ਰੱਖੂ ਵਿੱਚ ਇੱਥੇ ਸਜਾਦ ਆਏ ਬੜੀ ਔਖੀ ਮੰਜ਼ਰ ਆਈ ਜੇ ਮੇਰੀ ਛੋਟੀ ਖੇਡ ਮੇਰੀ ਆਵਾਜ਼ ਔਖਾ ਹੱਥ ਆਈ ਤੇ ਮੈਂ ਫਿਰ ਸਜਾਦ ਮਾਂ ਬਾਜ਼ਾਰ ਤੇਰੀ ਭੇਣ ਮਰ ਗਈ ਮੈਂ ਭੇਣ ਨੂੰ ਤਸੱਲੀ ਦੇਵਣ ਲੱਗੇ ਮਾਂ ਬਾਬਾ ਇੱਥੇ ਮੈਂ ਬੜੇ ਹੀ ਰੋਇਆ ਮੈਂ ਕਿਹਾ ਸਕੀਨਾ ਮੌਤ ਮੰਗਣਾ ਸ਼ਰਮ ਹਰਾਮ ਹੈ ਮੌਤ ਨਾ ਮੰਗਾ ਕੇ ਜੇ ਮੌਤ ਨਾ ਮੰਗਿਆ ਤਾਂ ਛੇ ਮਰ ਲਵਾ ਮੈਨੂੰ ਕੱਢ ਕੇ ਮਾਰ ਲਵੇ ਮੇਰੇ ਕੁਰਾਨ ਦੇ ਬਾਅਦ ਫਟ ਗਏ ਹੁਣ ਮੇਰੇ ਰੁਖਸਾਰ ਨੂੰ ਖੂਨ ਪਿਆ ਜਾਂਦਾ ਇੱਕ ਮਹੀਨਾ ਮੈਂ ਰੁਖਸਾਰ ਨੂੰ ਜ਼ੁਲਮ ਕਰੇ ਕੈਦਾਂ ਛੁੱਟੀਆਂ ਤੌਕ ਲੱਥੇ ਲੇਕਿਨ ਜ਼ਖਮ ਖਤਮ ਨਹੀਂ ਇਮਾਮ ਜਦਾ ਵੱਲ ਗਿਆ ਜਦੇ ਹੀ ਤੁਰਦੇ ਰੱਬ ਨੇ ਜਿਹੜੀ ਅਬਾ ਹੈ ਇਮਾਮ ਆਪਣੀ ਗਰਦਨ ਡਾਂ ਕੇ ਰੱਖਿਆ ਕੋਈ ਬਦੀ ਦੇ ਨਾ ਜਵਾਨ ਇਮਾਮ ਦੇ ਸਾਹਮਣੇ ਮਜ਼ਾਕ ਨਹੀਂ ਕਰਦਾ ਕੋਈ ਸ਼ਾਦੀ ਵਿੱਚ ਬੁਲਾਵਿਆ ਤੇ ਇਮਾਮ ਮਲਕ ਮੰਗੇ ਨਾ ਇਮਾਮ ਆ ਕੇ ਨਾ ਬਹਿ ਕੇ ਆਪਣੀ ਖੁਸ਼ੀ ਵਿੱਚ ਸ਼ਾਮਿਲ ਕਰੇ ਦੇ ਜਿਹੜਾ ਤੁਹਾਡੇ ਸਿਹਰੇ ਪਹਿਲੇ ਨੂੰ ਮੈਨੂੰ ਆਪਣੇ ਸਿਹਰਿਆਂ ਨਹੀਂ ਯਾਦ ਅਗਰ ਮੈਂ ਕੋ ਜ਼ਰੂਰ ਬੁਲਾਉਣ ਵਾਲਾ ਲੈ ਤਾਂ ਫਿਰ ਵਿੱਚ ਮਜਲਸ ਕਰੇ ਕਾਟ ਕੀ ਕਰ ਬਸ ਮੈਂ ਕੱਲ ਹਲਾ ਸਾ ਮੇਰੀ ਭੁੱਖੀ ਆ ਸੀ ਤੇਰੇ ਪਰਦਾਦਾ ਵੀ ਆ ਸੀ ਇੱਕ ਮਿਸਾਲ ਦਿੱਤੀ ਮੇਰੀ ਜਿਹੜੇ ਨੌਜਵਾਨ ਮੇਰੇ ਅੱਗੇ ਬੈਠੇ ਵੀ ਇਹ ਰੌਲਾ ਦੇ ਬਾਹਰ ਇਸ ਤੋਂ ਬਾਅਦ ਤਰਨਾ ਵਿੱਚ ਪਾਣੀ ਖਾਂਦਾ ਹੈ ਬਤਾਓ ਤਨਹਾਈ ਫਲਾਈਟ ਤੇ ਹੋਈ ਹੈ ਜ਼ਿਆਦਾ ਇੱਕ ਯਮਨੀ ਕਾਤਿਲ ਆਏ ਮਦੀਨੇ ਤਿਜਾਰਤ ਦੇ ਸਿਲਸਿਲੇ ਉਸ ਗਲੀ ਚ ਗੁਜ਼ਰੇ ਦੇ ਮਕਾਮ ਦੇ ਸਾਥ ਤੇ ਇਮਾਮ ਰੱਖ ਰੱਖ ਸਰੋਂ ਕੋਈ ਵੀ ਜੱਜ ਨੂੰ ਨਜ਼ਰ ਯਾਦ ਆਏ ਉਸਨੇ ਅੱਜ ਫੇਰ ਖੂਨ ਮੈਂ ਇਸ ਦਾਗ ਦੇ ਕੱਪੜੇ ਤੇ ਸਜਾਦ ਦੀ ਅੱਖਾਂ ਦਾ ਖੂਨ
इन बड़ा गुस्सा आया इस दर खड़का के आखिर कैसे मदीने के मुसलमान जेडे छत जानवर की पकड़े पढ़ पढ़ के चुर होते बाप दिल से जख्म चलावे तो जिंदगी के रोकण वास्ते काफी बाप के दरवाजे से आके कुछ न बोल के जानवर का खून नहीं मेरा गरीब बाप है जेड़ा अपने घर रात शाम ने दुखा भी याद करके रो रहे बाप के चेहरा देख के अरे जवान जब प्यो बीमार आई तो प्यो का इलाज करा दिया इलाज का नाम आए तो बाप कर दिए मेहर देवर ना आप कर दिए होर तो लोग दरवाजे से आपके ताले देवर ना हकीम मंगा के बाप ने ना इलाज करा इमाम एक बार खा जब नहीं तेरे कपड़े नमाज से काम मेरे घर चले जानवर ना खून में कि मेरे बाप ने ना जून नहीं अच्छी लग रही कूफे जो हकीम मंगाए इलाज वास्ते वजीर आबाद लियो डॉक्टर होवे हकीम होवे उतने तक इलाज नहीं करेगा जब तक वसीम को मर्ज का पता ही नहीं हमेशा पहले मर्ज तलाश की थी मेरी मैं तकलीफ थी लुकमान ने उस्ताद का इलाज कर जरा हकीम आ बैठे इमाम भी रख रख दे अरे मगर कोई मरीज हो मुआले को देख के खुश हो गए मैं तेरे इलाज वास्ते आया जे तेरा मैं आया तेरी रात रात दे जेड़ा माँ की झोली को अल्लाह डाले पर मैंने इलाज कर ले से मैं जितना सतर पड़ी मैं मोमी मेरे रिश्ते की मजलस हो गई अरे ये मर्द का नाम मैं दर्शावा था इलाज कर ले से अरे ये पता लग मैंने तो कर ले सा इलाज पर मैंने कर इलाज ضروری تو نہیں جو ہر مرد کا علاج بندے دوا نال کرے جو تانوں تکلیف ہے میں سمجھتا میں تو نفسیاتی علاج کر مولا فجر دی نماز میں تیرے نال کر تیرا ہاتھ پکڑ کے میں تو دریا دی سیر صبح صبح جدا تو میرے نال دریا دی سیر کرے سو نسیم سحر ٹھنڈی ہوا ਬਦਨ ਮੇਰੇ ਦਿਲ ਮਨੇ ਲੈ ਤੇ ਕਮ ਅਜ ਕਮ ਤਰੀ ਰੱਖੀ ਹੈ ਤਾਂ ਖੂਨ ਰੁਕ ਗਏ ਦਰਿਆ ਤੇ ਠੰਡੀ ਹਵਾ ਦਾ ਨਾਮ ਹੈ ਫਰਮਾਇਆ ਕਿ ਦਰਿਆ ਦਾ ਨਾਮ ਚਾਹੇ ਮੇਰੇ ਮਨ ਦਰਿਆ ਤੇ ਤੁਸੇ ਉੱਠੇ ਇਸ ਦਰਿਆ ਨਾਲ ਮੇਰੇ ਫੇਰ ਦੁੱਖ ਵਸਤਨ ਤੇ ਦਰਿਆ ਦਾ ਨਾਮ ਚਾਹੇ ਮੈਨੂੰ ਦੁੱਖ ਯਾਦ ਆਏ ਜੋ ਮਨ ਦਰਿਆ ਤੇ ਖਲੋ ਕੇ ਮਨ ਦਾ ਇੱਕ ਘੁੱਟ ਭਰ ਲਿਆ ਮੁਸਲਮਾਨ ਮਰੇ ਤੇ ਤੀਰ ਅਦੇ ਵਾਲੇ ਦੇ ਦਰਿਆ ਤੇ ਮੰਨਣ ਨਾਲ ਤੇ ਕੋ ਦੁੱਖ ਕਦੇ ਜ਼ਹਿਰੇ ਤਾਜ਼ਾ ਹੁੰਦੇ ਮੈਂ ਤਾਂ ਕੋ ਦਰਿਆ ਤੇ ਨਹੀਂ ਰਹਿਣਾ ਮੌਲਾ ਤੇ ਦੀਦ ਕੇ ਰੋਦੀ ਹੈ ਮੈਂ ਤਾਰੇ ਨਾਲ ਬਾਜ਼ਾਰ ਵਿੱਚ ਦਸਾਂ ਦੀਦ ਕੇ ਜਾਨ ਬਾਜ਼ਾਰ ਵਿੱਚ ਖਲੋ ਕੇ ਹੈ ਬੈਨ ਮਜ਼ਾਕ ਕਰਦੇ ਉਹ ਤਫਰੀਹ ਦਾ ਮੌਕਾ ਬਣਦੇ ਇਮਾਰਾਤ ਨਾਲ ਚਾਹਿਆ ਤੇ ਇਮਾਰਾਤ ਨਾਲ ਜਦੋਂ ਮੈਂ ਬਾਜ਼ਾਰ ਵਿੱਚ ਗੁਜ਼ਰਿਆ ਲੱਖਾਂ ਦਾ ਅਜੂਮ ਹੈ ਮੇਰੇ ਨਾਲ ਪਰਦਾ ਲਾ ਰਿਹਾ ਤੇ ਮਖਨਾ ਮੇਰੀ ਜਾ ਹਮ ਲੋਕ ਸਾਰੇ ਤੇ ਹੱਸ ਰਹੇ ਜਿਤਨੇ ਅੱਲਾਹ ਤਸਰੀਫ ਫਰਮਾਓ ਮੁਕਾਨੇ ਸਭ ਦੇ ਲੋਕ ਦਾ ਕਸਾ ਇਹਦੇ ਲੋਕ ਜਾਨਵਰ ਦੀ ਬਾਤ ਕਰਦੇ ਨੇ ਇਹਨਾਂ ਦਾ ਦਿਲ ਸਖਤ ਹੁੰਦਾ لیکن قصاب بھی امام دا شادی اعتراض کر آج کسا بازار جنے وچ جانور ذبح کر کے قصاب بیٹھے ہوئے تو ذبح شدہ جانور نو کپڑے نال ٹھاک کے رکھتے اس بات دی اگر تیری گواہی پائے ہوئے کوئی امام نے آن کے لوگ اپنے ذبح شدہ جانور کا گوشت چھپے ہیں ہتھیار چھپے ہیں ہے کہ نہیں
यानी एक हाथ से रस्सी बै हाथ को छुरी। इमाम को आंदर इच्छस जानवर दाल कर छोड़स छुरी कण पिछले उठाइए से गदा दे हाथ
ਆਈ ਕਮਜ਼ੋਰ ਹੋ ਗਈ ਆਈ ਬਿਲਕੁਲ ਨਹੀਂ ਭਈਆ ਅੱਜ ਸਜਾ ਦੇ ਕਿਉਂ ਲਈ ਅੱਜ ਡੈਡੀ ਮੈਂ ਸਜਾ ਨਹੀਂ ਮੈਂ ਬਾਕਿਰ ਜ਼ਿੰਦਗੀ ਵਧਾ